ਸਾਡੇ ਨਾਲ ਤੁਸੀਂ ਵੀ ਦੇਖੋ ਕਿ ਇੰਡੀਅਨ ਵੈਜੀਟੇਬਲਸ ਕਿੱਦਾਂ ਸਟੋਰ ਕੀਤੀਆਂ ਨੇ ਇੱਥੇ ਤੇ ਕੀ ਰੇਟ ਹੈ ਤੇ ਕਿਸ ਤਰ੍ਹਾਂ ਲੱਗਦੀਆਂ ਨੇ। ਬਿਲਕੁਲ ਫਰੈਸ਼ ਹੈ, ਹਰ ਸਬਜ਼ੀ ਮਿਲਦੀ ਹੈ ਤੇ ਮਜ਼ਾ ਆਏਗਾ। ਅਸੀਂ ਇੱਥੇ ਦੇਖੋ ਸਬਜ਼ੀ ਲੈਣ ਆਏ ਹਾਂ ਅੱਜ ਤੇ ਇਹ ਸਾਰੀ ਪਈ ਹੈ ਮੇਥੀ, ਮਿੰਟ ਤੇ ਧਨੀਆ ਤੇ ਇਹ ਡਰਮ ਸਟਿਕਸ ਜਿਹੜੇ ਸਾਂਬਰ ਚ ਪਾਉਂਦੇ ਹੋ ਤੇ ਸਾਰੇ ਉੱਪਰ ਸਪਰਾਊਟਸ। ਹਾਂ ਸਪਰਾਊਟ ਕੀਤੀ ਕਰਾਈ 1 pound 09 pence ਦੀ ਤੇ ਨੋਟ ਬੈਡ, ਇੱਕ ਬੰਦੇ ਲਈ ਦੋ ਬੰਦੇ ਲਈ ਬੜੀ ਸੋਹਣੀ ਬਣ ਜਾਂਦੀ। ਸਬਜ਼ੀ ਵੀ ਬਣਾ ਸਕਦੇ ਤੇ ਸੈਲਡ ਵੀ ਬਣਾ ਸਕਦੇ ਨਾਲ, ਠੀਕ ਹੈ। ਆਹ ਦੇਖੋ ਆਹ ਜਿਹੜੇ ਸਟੂਡੈਂਟਸ ਨੇ ਛੜੇ ਨੇ, ਹੈ ਨਾ। ਆਹ ਦੇਖੋ ਜੀ ਲਸਣ ਛਿੱਲਿਆ ਛਲਾਇਆ, ਜੇ ਤੁਹਾਨੂੰ ਲਸਣ ਨਹੀਂ ਛਿੱਲਣਾ ਨਾ ਫਰੈਸ਼, ਅਤੇ ਆਹ ਦੇਖੋ ਜੀ 1.89 pence ਦਾ ਤੁਹਾਨੂੰ ਜੀ ਲਸਣ ਮਿਲ ਗਿਆ ਛਿੱਲਿਆ ਛਲਾਇਆ। ਮੇਥੀ ਹੈਗੀ, ਅਗਰ ਤੁਸੀਂ ਦੋ ਬੰਚ ਲੈਂਦੇ ਹੋ ਤੇ 1 pound ਦੇ ਦੋ ਬੰਚ ਨੇ, ਅਦਰਵਾਈਜ਼ 59 pence ਦੀ, ਯਾਨੀ ਤੁਹਾਡੀ ਅਗਰ ਇੰਡੀਆ ਦਾ ਹਿਸਾਬ ਲਓ 55 rupees ਦੀ ਤੁਹਾਡੀ ਇੱਕ ਮੇਥੀ ਦੀ ਗੁੱਛੀ ਹੈ ਤੇ ਦੋ ਲੈ ਲਓਗੇ ਤੇ 1 pound ਦੀ ਬਣ ਜਾਂਦੀ ਹੈ। ਵਿੱਚ ਪਾਉਣ ਨਾਲ ਆਲੂ ਤੇ ਬਣ ਗਈ ਤੁਹਾਡੀ ਮੇਥੀ ਆਲੂ ਦੀ ਸਬਜ਼ੀ, ਤੇ ਮੇਰੇ ਖਿਆਲ ਤੇ ਦੋ ਗੁੱਛੀਆਂ ਬਹੁਤ ਨੇ ਸਾਨੂੰ। ਤੁਸੀਂ ਸਾਰੇ ਪੁੱਛਦੇ ਸੀ ਮਾਸਕ ਨਹੀਂ ਪਾਉਂਦੇ ਕਿ ਕੋਵਿਡ, ਤਾਂ ਪਹਿਲੇ ਦੀ ਵੀਡੀਓ ਤਾਂ ਨਹੀਂ ਹੈਗੀ ਜੀ, ਮਾਸਕ ਪਾ ਕੇ ਆਏ ਹਾਂ। ਸਟੋਰਸ ਦੇ ਅੰਦਰ ਜਿਹੜਾ ਮਾਸਕ ਨਾ ਪਾ ਕੇ ਆਉਂਦੇ ਨੇ ਸਾਰੇ ਲੋਕ, ਤੇ ਕਿਹਾ ਵੀ ਇਹਨਾਂ ਨੇ, ਬਟ ਬੜਾ ਔਖਾ ਲੱਗਦਾ ਹੈ। ਤੇ ਸਾਨੂੰ ਸਾਰੀਆਂ ਇੰਡੀਅਨ ਸਬਜ਼ੀਆਂ ਮਿਲ ਜਾਂਦੀਆਂ ਨੇ ਤੇ 5 ਜਿਹੜੇ ਧਨੀਆ ਦਾ ਦੇਖੋ ਫਰੈਸ਼ ਬਾਕਸ ਫਾਈਂਡ ਕੀਤਾ ਹੈ ਤੇ ਧਨੀਆ ਵੀ ਸਾਡਾ ਹੈਗਾ, ਦੋ ਗੁੱਛੀਆਂ ਜਿਹੜੀਆਂ ਨੇ 1 pound ਦੀਆਂ ਨੇ ਤੇ ਇਹ ਹੁਣ ਮੈਂ ਫਾਈਂਡ ਕਰਨ ਲੱਗੀ ਜਿਹੜੀ ਸਾਡੀ ਥੋੜ੍ਹੀ ਜਿਹੀ ਫਰੈਸ਼ ਹੋਵੇ। ਹੁਣ ਮੈਂ ਲੈਣ ਲੱਗੀਆਂ ਭਿੰਡੀਆਂ ਤੇ ਆਹ ਦੇਖੋ ਭਿੰਡੀਆਂ ਪਈਆਂ ਨੇ। ਭਿੰਡੀਆਂ ਮੈਂ ਕਿਸ ਤਰ੍ਹਾਂ ਚੂਜ਼ ਕਰਦੀ ਹਾਂ, ਇੱਕ ਇੱਕ ਭਿੰਡੀ ਲੈ ਕੇ ਤੋੜ ਕੇ ਚੈੱਕ ਕਰ, ਟੁੱਟ ਗਈ ਤੇ ਪੱਕੀ ਨਹੀਂ ਹੋਈ, ਉਹ ਵਧੀਆ ਹੈਗੀ ਭਿੰਡੀ, ਵੱਡੀ ਵੱਡੀ ਭਿੰਡੀ ਹੈ, ਲੈ ਪੱਕੀ ਉਹਨੇ ਟੁੱਟੀ ਨਹੀਂ ਨਾ ਤੇ ਇਹ ਪੱਕੀ ਹੋਈ ਹੈ। ਮੇਰੇ ਫੇਸ ਵੱਲ ਕਰੋ, ਜੇ ਤੁਹਾਡੇ ਕੋਲ ਕੋਈ ਹੈਲਪ ਕਰ ਰੈਸਪੀ ਹੈਗੀ ਵੱਡੇ ਵੱਡੇ ਕਰੇਲਿਆਂ ਨੂੰ ਕੱਟ ਕੇ ਬਣਾਉਣਾ ਸੀ ਤਾਂ ਪਲੀਜ਼ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸੋ, ਮੈਂ ਉਹ ਵੀ ਰੈਸਪੀ ਟਰਾਈ ਕਰਾਂਗੀ। ਬਟ ਅਸੀਂ ਬਣਾਉਂਦੇ ਹਾਂ ਪੰਜਾਬੀ ਜਿਹੜੇ ਨੇ, ਅਸੀਂ ਭਰਵੇਂ ਬਣਾਉਂਦੇ ਹਾਂ ਕਿ ਕਰੇਲੇ, ਅਤੇ ਭਰਵੇਂ ਕਰੇਲਿਆਂ ਵਾਸਤੇ ਥੋੜ੍ਹੇ ਕਰੇਲੇ ਛੋਟੇ ਹੋਣ 'ਤੇ ਚੰਗੇ ਲੱਗਦੇ ਆ, ਇਹ ਵੱਡੇ ਨੇ, ਕੱਟ ਕੇ ਟਰਾਈ ਕਰੂੰਗੀ, ਠੀਕ ਹੈ। ਬਾਕੀ ਦੱਸਿਓ ਜੇ ਕੋਈ ਹੋਵੇ ਹੋਰ ਰੈਸਪੀ ਤੁਹਾਡੇ ਕੋਲ। ਐਕਚੁਲੀ ਲੈਮਨਸ ਜੋ ਯੈਲੋ ਕਲਰ ਦੇ ਹੁੰਦੇ ਨੇ ਅਤੇ ਜਿਹੜੇ ਗ੍ਰੀਨ ਹੁੰਦੇ ਨੇ ਉਹ ਹੁੰਦੇ ਨੇ ਲਾਈਮਸ। ਔਰਗੈਨਿਕ ਅਦਰਕ ਹੈ, ਇਹ ਹੈਗੀ ਹੈ ਫਰੈਸ਼ ਹਲਦੀ, ਜਿਹੜੀ ਤੁਸੀਂ ਸੁੱਕੀ ਹਲਦੀ ਖਾਂਦੇ ਹੋ ਡਰਾਈ ਹਲਦੀ ਪਾਊਡਰ ਹੁੰਦਾ ਅਤੇ ਇਹ ਫਰੈਸ਼ ਹਲਦੀ ਨੂੰ ਤੁਸੀਂ ਚਾਹ 'ਚ ਪਾ ਕੇ ਖਾਓ, ਸਬਜ਼ੀਆਂ 'ਚ ਪਾਓ ਅਤੇ ਰੰਗ ਵੀ ਬਹੁਤ ਸੋਹਣਾ ਆਉਂਦਾ। ਅਸੀਂ ਇਹਨੂੰ ਗਰਮ ਪਾਣੀ 'ਚ ਪਾ ਕੇ ਥੋੜ੍ਹਾ ਪੀਣਾ ਪਸੰਦ ਕਰਦੇ ਹਾਂ ਅਤੇ ਇਮਿਊਨਿਟੀ ਵਾਸਤੇ ਵੀ ਬਹੁਤ ਅੱਛੀ ਹੈ ਅਤੇ ਆਪਾਂ ਥੋੜ੍ਹੀ ਜਿਹੀ ਲੈ ਜਾਂਦੇ ਹਾਂ ਬਹੁਤ ਜ਼ਿਆਦਾ ਚੱਲ ਜਾਂਦੀ ਹੈਗੀ ਹੈ। ਪਕੌੜੇ ਵਾਲੀ ਮਿਰਚਾਂ ਨੇ, ਸਾਡੇ ਘਰ 'ਚ ਕੋਈ ਪਕੌੜੇ ਖਾ ਕੇ ਰਾਜ਼ੀ ਨਹੀਂ ਅਤੇ ਅਸੀਂ ਬਣਾਉਂਦੇ ਨੇ ਅਤੇ ਲੇਕਿਨ ਇਹ ਪਕੌੜੇ ਲਈ ਬਹੁਤ ਅੱਛੇ ਬਣਦੀਆਂ ਨੇ, ਇਹ ਲੋਕ ਭਰੀਆਂ ਬਣਾਉਂਦੇ ਨੇ ਹਰੀਆਂ ਅਤੇ ਨਹੀਂ। ਅਗੇਨ ਇਹ ਹੋ ਗਈ ਸਾਡੀ ਤਿੱਖੀ ਤਿੱਖੀ ਹਰੀ ਮਿਰਚ, ਸਾਡੇ ਇੰਡੀਅਨ ਫੂਡ ਨੂੰ ਇਨਹਾਂਸ ਕਰਨ ਵਾਸਤੇ ਜਾਂ ਟੇਸਟ ਨੂੰ ਇਨਹਾਂਸ ਕਰਨ ਵਾਸਤੇ, ਅਤੇ ਇਹ ਥੋੜ੍ਹੀ ਜਿਹੀ ਮੋਟੀ ਹੈ, ਇਹ ਘੱਟ ਤਿੱਖੀ ਹੁੰਦੀ ਹੈ ਥੋੜ੍ਹੀ ਜਿਹੀ, ਇਹਦੀ ਕੰਪੈਰੇਟਿਵਲੀ ਇਹ ਛੋਟੀ ਹੈ, ਠੀਕ ਹੈ, ਬਰੀਕ ਹੁੰਦੀ ਹੈ, ਇਹ ਕੌੜੀ ਹੁੰਦੀ ਹੈ ਥੋੜ੍ਹੀ ਜਿਹੀ, ਇਹ ਸਬਜ਼ੀ ਵਾਸਤੇ ਅੱਛੀ ਹੈ। ਜਿਹੜੀ ਇਹ ਮੈਂ ਇਹ ਥੋੜ੍ਹੀ ਘੱਟ ਕੌੜੀ ਹੁੰਦੀ ਹੈ, ਇਹ ਸਾਡੇ ਪਵਨ ਜੀ ਰੋਟੀ ਦੇ ਨਾਲ ਕੱਚੀ ਖਾਣਾ ਪਸੰਦ ਕਰਦੇ ਆ ਅਤੇ ਮੈਂ ਯੂਜਲੀ ਇਹੀ ਲੈ ਕੇ ਜਾਂਦੀ ਹਾਂ ਮਿਰਚੀ, ਸਬਜ਼ੀਆਂ 'ਚ ਵੀ ਕੰਮ ਹੋ ਜਾਂਦੀ ਹੈ ਅਤੇ ਖਾ ਵੀ ਲੈਂਦੇ ਨੇ ਪਵਨ ਜੀ। ਟਮਾਟਰ ਛਾਂਟਣ ਲੱਗੀਆਂ ਮੈਂ ਉਹਨੂੰ, ਬਹੁਤ ਭਾਰੇ ਟਮਾਟਰ ਹੈ, ਮੈਨੂੰ ਲੱਗਦਾ ਪਾਈਆ ਦਾ ਇੱਕ ਟਮਾਟਰ ਹੋਣਾ, 250 gram ਦਾ ਹੀ ਨਹੀਂ, ਪਾਈਆ ਮਤਲਬ 250 gram ਦਾ ਇੱਕ ਟਮਾਟਰ ਹੋਣਾ, ਅਤੇ ਜਿੰਨਾ ਛੋਟਾ ਸਾਈਜ਼ ਮਿਲ ਜਾਵੇ ਉਹਨਾਂ ਚੰਗਾ, ਬਟ ਬਹੁਤ ਮੈਨੂੰ ਲੱਗਦਾ ਟਮਾਟਰ ਕਿਤੋਂ ਹੋਰ ਲੈ ਕੇ ਜਾਣੇ ਜਿੱਥੇ ਥੋੜ੍ਹਾ ਸਾਈਜ਼ ਛੋਟਾ ਹੋਵੇ, ਹੋ ਗਿਆ 1.5 kilo ਟਮਾਟਰ। ਓਬਵੀਅਸਲੀ ਆਹ ਦੇਖੋ ਇੱਕ ਪੈਕਟ ਜਿਹੜਾ ਵਾ 1.25 ਦਾ, ਇਹ ਹੋਣਾ ਤੁਹਾਡੇ ਇੰਡੀਆ 'ਚ ਪੈਕਟ ਵੀ 25 rupees ਦਾ, ਹੈ ਨਾ, ਆਇਆ ਇੰਡੀਆ ਤੋਂ ਹੀ ਹੋਇਆ।
ਤੇ ਆਬਵੀਅਸਲੀ ਫਿਰ ਯੂਕੇ ਆਉਂਦਿਆਂ ਨੇ ਉਹਨੂੰ ਹੋਰ ਵੀ ਤਾਂ ਖਰਚਾ ਪੈ ਜਾਂਦਾ ਉੱਪਰ। ਇੱਥੇ ਜਿਹੜੇ ਦੇਸੀ ਘਿਓ ਦੇ ਆ ਉੱਪਰ ਹੋ ਗਏ ਉਹਨਾਂ ਦੇ ਬ੍ਰਾਂਡ ਇੱਥੇ ਯੂਕੇ ਲਿਆ। ਦੇਖੋ ਇੰਡੀਆ ਦੇ ਬ੍ਰਾਂਡ ਅਮੂਲ ਦਾ ਪਿਓਰ ਘੀ 13 ਪਾਉਂਡ ਦਾ ਕਿਲੋ ਤੇ ਕਾਓ ਘੀ 13.9 ਦਾ ਕਿਲੋ। ਤੇ ਮੈਂ ਜਿਹੜਾ ਵਾ ਦੇਸੀ ਘਿਓ ਬਣਾਉਂਦੀ ਹਾਂ ਘਰੇ। ਜਿਹੜਾ ਤੁਹਾਨੂੰ ਚਾਹੀਦੀ ਹੈ ਰੈਸਿਪੀ ਮੈਨੂੰ ਮੈਸੇਜ ਕਰੋ ਥੱਲੇ ਤੇ ਮੈਂ ਤੁਹਾਨੂੰ ਆਪਣੇ ਘਰ ਦਾ ਦੇਸੀ ਘਿਓ ਕੱਢ ਕੇ ਦਿਖਾਉਂਗੀ। ਆਹ ਦੇਖੋ ਆਹ 2 ਕਿਲੋ ਹੈਗਾ 12 ਪਾਉਂਡ 12 ਪਾਉਂਡ ਦਾ ਅਪਰੋਕਸੀਮੇਟ ਹੈਨਾ। ਇਹ ਹੈਗਾ ਯੂਕੇ ਦਾ ਬ੍ਰਾਂਡ KTC। ਤੇ ਜੇ ਤੁਸੀਂ ਲੈਂਦੇ ਹੋ ਇੰਡੀਆ ਦਾ ਬ੍ਰਾਂਡ ਦਾ ਅਮੂਲ ਦਾ ਆਲਮੋਸਟ ਤੁਹਾਡਾ 14 ਪਾਉਂਡ ਦਾ 1 ਕਿਲੋ। ਅੱਛਾ MDH ਦੇ ਮਸਾਲਿਆਂ ਦੀ ਨਾ ਇੰਨੀ ਵੈਰਾਈਟੀ ਇੰਡੀਆ 'ਚ ਨਹੀਂ ਹੋਣੀ ਜਿੰਨੀ ਇੱਥੇ ਹੋਣੀ। ਹਰ ਚੀਜ਼ ਦਾ ਮਸਾਲਾ ਬਣਾਇਆ ਇੱਥੇ ਨਾਲ। ਬੈਂਗਨ ਦਾ ਕੀ, ਦਾਲ ਮੱਖਣੀ ਦਾ ਕੀ, ਪਰਾਂਠਿਆਂ ਦਾ ਕੀ, ਬਟਰ ਚਿਕਨ ਦਾ ਕੀ, ਪਾਣੀਪੁਰੀ ਦਾ ਕੀ, ਸ਼ਾਹੀ ਪਨੀਰ, ਐਵਰੀਥਿੰਗ। ਇਹਨੂੰ ਕਿਹਨੂੰ ਪਸੰਦ ਹੈ ਪਾਰਲੇ ਜੀ ਚਾਹ ਦੇ ਗੋ ਕੇ ਖਾਣ ਵਾਸਤੇ? ਸਾਡੇ ਘਰ 'ਚ ਚੱਲਦੇ ਨੇ ਜੀ ਹਜੇ ਵੀ ਪਾਰਲੇ ਜੀ, ਅਤੇ ਮੈਂ ਪਾਰਲੇ ਵੀ ਲੈ ਲੈਂਦੀ। ਪਨੀਰ ਦੇਖੋ ਤੁਹਾਨੂੰ ਕੋਈ 3 ਸਾਈਜ਼ ਦੇ ਪੈਕਿੰਗ ਹੈਗੀ। ਮੈਂ ਇਹ ਵਾਲਾ ਪਨੀਰ ਪਸੰਦ ਕਰਦੀ ਹਾਂ, ਵਾਲਾ ਡੇਰੀ ਵਾਲੀ ਦਾ। ਇਹ ਬਹੁਤ ਸੋਫਟ ਹੈ, ਬੜਾ ਇੰਡੀਅਨ ਫਲੇਵਰ ਦੇ ਕਲੋਜ਼ ਹੈ ਵਾਲਾ। ਅਤੇ ਮੇਰੇ ਕੋਲ ਵੱਡਾ ਘਰ ਪਿਆ ਹੋਇਆ, ਛੋਟੇ ਦੀ ਮੈਂ ਪੈਕਿੰਗ ਖਾ ਲਈ ਹੋਰ। ਅਤੇ ਇਹ ਛੋਟੀ ਵਾਲੀ ਜਿਹੜੀ ਹੈ 250 ਗ੍ਰਾਮ ਦੀ ਹੈਗੀ ਹੈ। ਹਾਂਜੀ ਜੀ, ਹੁਣ ਅਸੀਂ ਸ਼ੋਪਿੰਗ ਕਰਕੇ ਆ ਗਏ ਹਾਂ। ਬਿਲਿੰਗ ਵਗੈਰਾ ਸਭ ਕਰਤੀ ਹੈ, ਹੁਣ ਅਸੀਂ ਗੱਡੀ 'ਚ ਸਮਾਨ ਰੱਖ ਰਹੇ ਹਾਂ। ਮੈਂ ਮਾਸਕ ਉਤਾਰ ਲਾਂ ਅੰਦਰ ਤੇ ਪਾਇਆ ਸੀ, ਵਿੱਚ ਵਿੱਚ ਉਤਾਰ ਲੈਂਦੇ ਸੀ ਜਦੋਂ ਲੱਗਦਾ ਸੀ। ਬਟ ਕੋਈ ਕੁਛ ਕਹਿੰਦਾ ਨਹੀਂ, ਟੋਕਦਾ ਨਹੀਂ, ਬਟ ਇਟਸ ਗੁੱਡ ਸੈਂਸ ਨਾ। ਬਾਏ ਲੋ ਤੇ ਤੁਹਾਨੂੰ ਪਾਉਣਾ ਹੀ ਹੈ ਸ਼ੋਪਸ ਦੇ ਅੰਦਰ, ਮੈਂ ਤੁਹਾਨੂੰ ਵੀਡੀਓ ਵਿੱਚ ਵੀ ਦਿਖਾਇਆ ਵੈ। ਅਤੇ ਹੁਣ ਅਸੀਂ ਸ਼ੋਪਿੰਗ ਕਰਕੇ ਆ ਰਹੇ ਹਾਂ, ਕਾਰ ਅਸੀਂ ਆਪਣੀ ਲੋਡ ਕਰ ਰਹੇ ਹਾਂ। ਦਿਸ ਇਜ਼ ਅ ਨਿਊ ਨਾਰਮਲ ਨਾਓ, ਦਿਸ ਇਜ਼ ਨਿਊ ਨਾਰਮਲ ਸ਼ੋਪਿੰਗ ਵਿਦ ਮਾਸਕ।